ਪਿਛਲਾ ਵਚਨ ਜਿਹੜਾ ਸੁਣਾਇਆ ਸੀ, ਮੈਂ ਜਦੋਂ ਵਚਨ ਸੁਣਾਉਂਦੀ ਹਾਂ ਤਾਂ ਮੈਂ ਹਰ ਵਾਰੀ ਇਹ ਪੁੱਛਦੀ ਹੁੰਦੀ ਹਾਂ, ਜਦੋਂ ਮੈਂ ਸੁਣਾਵਾਂ ਮੈਂ ਇਹ ਪੁੱਛਦੀ ਹੁੰਦੀ ਹਾਂ ਕਿ ਵੀ ਬੱਚਿਆਂ ਕਿੰਨਿਆਂ ਨੇ ਆਪਣੇ ਅੰਦਰ ਲਿਖਤਾ, ਕਿੰਨਿਆਂ ਨੇ ਅਮਲ ਕੀਤਾ। ਪਿਛਲੀ ਵਾਰੀ ਜਿਹੜਾ ਵਚਨ ਸੁਣਾਇਆ ਗਿਆ ਸੀਗਾ ਉਹ ਕਿੰਨਿਆਂ ਨੇ ਆਪਣੇ ਅੰਦਰ ਲਿਖਤਾ? ਹੱਥ ਖੜੇ ਕਰੀਏ। ਬਸ ਇੰਨੇ ਜਣੇ? ਬਾਕੀ ਸੁਣ ਕੇ ਚਲੇ ਗਏ। ਬਚਨ ਨੂੰ ਆਪਣੇ ਅੰਦਰ ਲੈਣਾ ਬਹੁਤ ਹੀ ਕੀ ਆ, ਜ਼ਰੂਰੀ ਆ। ਵਰਨਾ ਅਸੀਂ ਜਿੱਦਾਂ ਹੀ ਆਉਂਦੇ ਉਦਾਂ ਹੀ ਚਲੇ ਜਾਂਦੇ, ਕੋਈ ਫਾਇਦਾ ਆਉਣ ਦਾ ਨਹੀਂ ਹੈ। ਅਤੇ ਜੇ ਬੱਚਿਆਂ ਨੂੰ ਤੁਸੀਂ ਆਪਣੇ ਅੰਦਰ ਲੈਂਦੇ ਆ ਤਾਂ ਫਿਰ ਕੋਈ ਫਾਇਦਾ ਹੈਗਾ ਆ ਆਉਣ ਦੇ ਚਲਾ। ਅਤੇ ਇਸ ਕਰਕੇ ਕੋਸ਼ਿਸ਼ ਕਰਿਆ ਕਰੀਏ ਕਿ ਬੱਚਿਆਂ ਨੂੰ ਆਪਣੇ ਅੰਦਰ ਲਿਆ ਕਰੀਏ, ਤਾਂ ਉਹਨੂੰ ਜਮ੍ਹਾਂ ਕਰਿਆ ਕਰੀਏ ਆਪਣੇ ਅੰਦਰ, ਤਾਂ ਕਿ ਜਿਹੜਾ ਦੁਸ਼ਟ ਤੁਹਾਡੇ ਕੋਲੋਂ ਪਾਪ ਕਰਨਾ ਚਾਹੁੰਦਾ ਹੈ ਨਾ, ਉਹ ਪਾਪ ਤੁਸੀਂ ਕਰ ਨਾ ਸਕੋ। ਕਿਉਂਕਿ ਸ਼ੈਤਾਨ ਹਮੇਸ਼ਾ ਪਾਪ ਕਰਾਉਂਦਾ ਹੈ, ਔਰ ਉਹ ਵਿਅਕਤੀ ਬਚ ਜਾਂਦਾ ਹੈ ਜਿਹਦੇ ਅੰਦਰ ਵਚਨ ਜਮ੍ਹਾਂ ਹੁੰਦਾ ਹੈ। ਕਿਉਂਕਿ ਉਹਨੂੰ ਫੱਟ ਵਚਨ ਚੇਤੇ ਆਉਂਦੇ ਆ ਕਿ ਵੀ ਭਾਈ ਮੇਰੇ ਅੰਦਰ ਇਹ ਵਚਨ ਆ, ਮੈਂ ਇਹ ਪਾਪ ਨਹੀਂ ਕਰਨਾ। ਅਤੇ ਜਦੋਂ ਸਾਡੇ ਅੰਦਰ ਵਚਨ ਨਹੀਂ ਹੋਊਗਾ ਤਾਂ ਸ਼ੈਤਾਨ ਨੇ ਪੂਰਾ ਜਿਹੜਾ ਫਾਇਦਾ ਚੱਕਣਾ ਸਾਡੀਆਂ ਜ਼ਿੰਦਗੀਆਂ ਦਾ, ਉਹਨੇ ਪਾਪ ਤੁਹਾਡੇ ਕੋਲੋਂ ਕਰਵਾਉਣਾ ਹੈ, ਉਹਨੇ ਤੁਹਾਡੇ ਪਰਿਵਾਰਾਂ ਦੀ ਸ਼ਾਂਤੀ ਖਤਮ ਕਰਨੀ ਹੈ, ਉਹਨੇ ਤੁਹਾਡੀ ਆਪਸ ਵਿੱਚ ਮੀਆਂ ਬੀਬੀ ਦੀ ਨੋਹ ਸੱਸ ਦੀ ਉਹਨੇ ਬਣਨ ਨਹੀਂ। ਕਿਉਂ? ਕਿਉਂਕਿ ਤੁਹਾਡੇ ਅੰਦਰ ਬੱਚੇ ਨੂੰ ਨਹੀਂ। ਇਸ ਕਰਕੇ ਬੱਚੇ ਨੂੰ ਆਪਣੇ ਅੰਦਰ ਜਮ੍ਹਾਂ ਕਰਿਆ ਕਰੀਏ, ਜੋ ਕੁਛ ਵੀ ਇਹ ਜਗ੍ਹਾ ਦੇ ਉੱਤੇ ਸੁਣਾਇਆ ਜਾਂਦਾ ਹੈ। ਔਰ ਮੈਂ ਪਿਛਲੀ ਵਾਰੀ ਜਿਹੜਾ ਪ੍ਰਚਾਰ ਕੀਤਾ ਸੀਗਾ ਉਹ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਉਹ ਬੇਟੀ ਸਾਡੀ ਪੰਮੇ, ਉਹਨੇ ਮੈਨੂੰ 11:15 ਫੋਨ ਕੀਤਾ, 11:30 ਉਹਨੇ ਵਚਨ ਸੁਣਿਆ, 11:15 ਉਹਨੇ ਕੀ ਕੀਤਾ, ਮੈਨੂੰ ਫੋਨ ਕੀਤਾ। ਅਤੇ ਮੈਂ ਫੋਨ ਉਹਦਾ ਦੂਸਰੇ ਦਿਨ ਦੇਖਿਆ, ਤਾਂ ਮੈਂ ਸਵੇਰੇ ਉਹਨੂੰ ਫੋਨ ਕੀਤਾ, ਮੈਂ ਕਿਹਾ ਪਤਾ ਨਹੀਂ ਕੀ ਪ੍ਰੋਬਲਮ ਹੋਊਗੀ। ਮੈਂ ਫੋਨ ਕੀਤਾ ਤਾਂ ਕਹਿੰਦੀ ਆਂਟੀ ਜੀ ਜਿਹੜਾ ਤੁਸੀਂ ਪ੍ਰਚਾਰ ਕੀਤਾ ਨਾ, ਕਹਿੰਦੀ ਉਹ ਮੇਰੇ ਦਿਲ ਦੇ ਅੰਦਰ ਕੀ ਕਹਿੰਦੀ ਬੜ ਗਿਆ, ਕਹਿੰਦੀ ਵਚਨ, ਕਹਿੰਦੀ ਇੰਨਾ ਜ਼ਿਆਦਾ ਮੈਨੂੰ ਛੋਇਆ ਪੁੱਤਰ ਆਤਮਾ ਨੇ, ਕਹਿੰਦੀ ਮੈਂ ਇਹ ਨਿਰਣਾ ਲੈ ਲਿੱਤਾ ਵੀ ਜੇ ਉਹ 4 ਮਰੀਅਮ ਉੱਠ ਸਕਦੀ ਆ, ਹੈ ਨਾ, 4 ਉੱਠ ਸਕਦੀ ਆ, ਤੁਹਾਡੇ ਵਿੱਚ ਤਾਂ ਪਤਾ ਨਹੀਂ ਕੋਈ 4 ਉੱਠਦਾ ਕਿ ਨਹੀਂ ਉੱਠਦਾ, ਪਰ ਜੇ 4 ਮਰੀਅਮ ਉੱਠ ਸਕਦੀ, ਕਹਿੰਦੀ ਮੈਂ ਆਪਣੀ ਨੀਂਦ ਦੀ ਇੱਕ ਹੋਰ ਘੰਟਾ ਕੁਰਬਾਨੀ ਦੇ ਦਊਂਗੀ, ਮੈਂ 3 ਉੱਠੂੰਗੀ। ਕਹਿੰਦੀ ਮੈਨੂੰ ਨਹੀਂ ਪਤਾ ਤੁਸੀਂ ਕਿੱਦਾਂ ਲਿੱਤਾ ਵਚਨ ਨੂੰ, ਤੁਸੀਂ ਇੱਥੇ ਆਣ ਕੇ ਵੀ ਵਚਨ ਨੂੰ ਨਹੀਂ ਲਿੱਤਾ ਹੋਗਾ, ਪਰ ਉਹਨੇ ਨੈੱਟ ਤੇ ਦੇਖ ਕੇ ਵੀ ਉਸ ਵਚਨ ਨੂੰ ਆਪਣੇ ਅੰਦਰ ਲੈ ਲਿਆ। ਤਾਂ ਕਹਿੰਦੀ ਤੁਸੀਂ ਚਾਹ ਪਾਣੀ ਤੋਂ ਬਗੈਰ ਵਰਤ ਗਿਆ, ਤਾਂ ਕਹਿੰਦੀ ਅੱਜ ਮੈਂ ਚਾਹ ਪਾਣੀ ਤੋਂ ਬਗੈਰ ਕਹਿੰਦੀ ਅੱਜ ਵਰਤ ਆਂਟੀ, ਮੈਂ ਸਵੇਰੇ ਰਾ ਕੇ ਬਹਿ ਗਈ ਪਰਮੇਸ਼ਰ ਦੇ ਕਦਮਾਂ ਵਿੱਚ। ਤਾਂ ਮੈਨੂੰ ਨਹੀਂ ਪਤਾ ਕਿ ਪੂਰੇ ਹਫ਼ਤੇ ਵਿੱਚ ਤੁਸੀਂ ਕਿਹਨੇ ਵਰਤ ਰੱਖਿਆ ਹੋ ਚਾਹ ਪਾਣੀ ਤੋਂ ਬਗੈਰ, ਕਿਹਨੇ ਨਿਰਣਾ ਲਿਆ ਹੋਗਾ ਕਿ ਮੈਂ ਪੂਰੇ ਹਫ਼ਤੇ ਵਿੱਚ ਪਰਮੇਸ਼ਰ ਇੱਕ ਵਰਤ ਤਾਂ ਮੈਂ ਜ਼ਰੂਰ ਰੱਖਿਆ ਕਰੂੰਗੀ। ਪ੍ਰਭੂ ਮੈਂ 4 ਉੱਠ ਕੇ, 4 ਨਹੀਂ ਤਾਂ 5 ਉੱਠ ਕੇ ਮੈਂ ਪਰਮੇਸ਼ਰ ਤੇਰੀ ਭਾਲ ਕਰੂੰਗੀ, ਤਾਂ ਕਿ ਪਰਮੇਸ਼ਰ ਤੁਸੀਂ ਮੈਨੂੰ ਲੱਭ ਸਕੋ। ਕਿਉਂਕਿ ਜੋ ਕੋਈ ਲੱਭਦਾ ਆ ਤੇ ਪਰਮੇਸ਼ਰ ਉਹਨੂੰ ਲੱਭ ਪਾਉਂਦਾ ਜੇ ਕੋਈ ਲੱਭਦੇ ਆ। ਇਸ ਕਰਕੇ ਜ਼ਰੂਰ ਆ ਕਿ ਬੱਚੇ ਨੂੰ ਆਪਣੇ ਅੰਦਰ ਜਮ੍ਹਾਂ ਕਰੀਏ, ਕਿਉਂਕਿ ਹੋਰ ਕੋਈ ਗਵਾਹੀ ਸਾਡੇ ਚਰਚ ਵਿੱਚੋਂ ਨਹੀਂ ਆਈ ਕਿ ਵੀ ਅਸੀਂ ਵੀ ਇਹ ਨਿਰਣਾ ਲਿੱਤਾ। ਇਹਦਾ ਮਤਲਬ ਬੱਚੇ ਤੁਹਾਡੇ ਉੱਪਰ ਦੀ ਕੀ ਆ, ਨਿਕਲ ਗਿਆ, ਤੇ ਜਿਹੜਾ ਪਿਛਲੇ ਤੋਂ ਪਿਛਲੇ ਐਤਵਾਰ ਪ੍ਰਚਾਰ ਕੀਤਾ ਗਿਆ ਉਹ ਵੀ ਤੁਹਾਡੇ ਉੱਪਰ ਦੀ ਨਿਕਲ ਗਿਆ। ਜਿਹੜੇ ਪਰਿਵਾਰਾਂ ਦੇ ਬਾਰੇ ਦੱਸਿਆ ਸੀ ਚੰਦ ਬਾਰੇ, ਉਹ ਵੀ ਤੁਹਾਡੇ ਉੱਪਰ ਦੀ ਨਿਕਲ ਗਿਆ ਬੱਚਾ। ਇਸੇ ਕਰਕੇ ਪਰਿਵਾਰਾਂ ਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਖੜੀਆਂ ਦੀਆਂ ਖੜੀਆਂ ਰਹਿਣੀਆਂ ਉਹ ਖਤਮ ਨਹੀਂ ਹੋਣ। ਤੁਸੀਂ ਬੱਚੇ ਨੂੰ ਸੁਣ ਕੇ ਆਪਣੇ ਆਪ ਨੂੰ ਠੀਕ ਨਹੀਂ ਕਰਨਾ, ਪਰੇਸ਼ਾਨੀਆਂ ਉੱਥੇ ਦੀਆਂ ਉੱਥੇ ਹੀ ਰਹਿਣੀਆਂ, ਸਮੱਸਿਆ ਉੱਥੇ ਦੀਆਂ ਉੱਥੇ ਹੀ ਰਹਿਣੀਆਂ, ਲੜਾਈ ਝਗੜੇ ਉੱਥੇ ਦੇ ਉੱਥੇ ਹੀ ਰਹਿਣੇ। ਜੇ ਤਾਂ ਬੱਚੇ ਨੂੰ ਸੁਣ ਕੇ ਤੁਸੀਂ ਉਸ ਬੱਚੇ ਨੂੰ ਸੁਣ ਕੇ ਆਪਣੀ ਜ਼ਿੰਦਗੀ ਦੇ ਅੰਦਰ ਉਹ ਬੱਚੇ ਨੂੰ ਲਓਗੇ, ਆਪਣੇ ਪਰਿਵਾਰਾਂ ਅੰਦਰ ਲਓਗੇ ਵਚਨ ਨੂੰ, ਤੇ ਜ਼ਰੂਰ ਹੈ ਕਿ ਤੁਹਾਡੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਬਣੀ ਰਹੂਗੀ, ਜ਼ਰੂਰ ਹੈ ਕਿ ਤੁਹਾਡੇ ਨੌ ਸੱਸ ਦੇ ਵਿੱਚ ਜਿਹੜੇ ਆ ਪਿਆਰ ਬਣਿਆ ਰਹੂਗਾ, ਤੁਹਾਡੇ ਮੀਆਂ ਬੀਬੀ ਵਿੱਚ ਪਿਆਰ ਬਣਿਆ ਰਹੂਗਾ, ਬੱਚਿਆਂ ਦੇ ਨਾਲ ਪਿਆਰ ਬਣਿਆ ਰਹੂਗਾ। ਆਪਾਂ ਲੈਂਦੇ ਨੀ ਬੱਚੇ ਨੂੰ ਤਾਂ ਕਿੱਥੋਂ ਸ਼ਾਂਤੀ ਸਾਡੇ ਪਰਿਵਾਰ ਵਿੱਚ ਆ ਜਾਊ, ਕਿੱਥੇ ਸਾਡਾ ਪਿਆਰ ਜਿਹੜਾ ਆ ਪਰਿਵਾਰ ਦੇ ਪ੍ਰਤੀ ਜਿਹੜਾ ਵਧੂਗਾ। ਇਸ ਕਰਕੇ ਬੱਚੇ ਨੂੰ ਜ਼ਰੂਰ ਆਪਣੇ ਅੰਦਰ ਜਮ੍ਹਾਂ ਕਰਿਆ ਕਰੋ, ਤਾਂ ਕਿ ਦੁਸ਼ਟ ਤੁਹਾਡੀਆਂ ਜ਼ਿੰਦਗੀਆਂ ਦੇ ਉੱਤੋਂ ਫਾਇਦਾ ਨਾ ਤੁਹਾਡਾ ਚੱਕ ਸਕੇ, ਤੁਹਾਡੇ ਕੋਲ
ਭਾਈਆਂ ਲਈ ਵੀ ਆ ਤੇ ਭੈਣਾਂ ਲਈ ਵੀ ਆ। ਅੱਜ ਫਿਰ ਕਹਿਣਾ ਵੀ ਅੱਜ ਭੈਣਾਂ ਲਈ ਫਿਰ ਮੈਸੇਜ ਆ ਰਿਹਾ। ਭੈਣਾਂ ਲਈ ਮੈਸੇਜ ਇਸੇ ਲਈ ਕਹੋ, ਸਾਡੇ ਲਈ ਮੈਸੇਜ ਇਸੇ ਲਈ ਆਉਂਦਾ ਕਿ ਅਸੀਂ ਸਿੱਧ ਹੋ ਜਾਣਾ ਆ, ਭਾਈਆਂ ਨਾਲੋਂ ਜ਼ਿਆਦਾ ਅਸੀਂ ਸਿੱਧ ਹੋ ਜਾਣਾ, ਕਿਉਂਕਿ ਜ਼ਿਆਦਾ ਭੈੜਾ ਲਈ ਵਚਨ ਹੈ। ਕਹੋ ਇਹ ਵਚਨ ਜਿਹੜਾ ਮੇਰੇ ਲਈ ਆ, ਤਾਂ ਭਾਈ ਵੀ ਕਹਿ ਦੇਣਾ ਵਚਨ ਜ਼ਰੂਰ ਭੈੜਾ ਲਈ ਨਹੀਂ ਆ, ਭਾਈਆਂ ਲਈ ਵੀ ਆ। ਜੇ ਭਾਈ ਆਪਣੇ ਅੰਦਰ ਲੈਣਗੇ ਤਾਂ ਭਾਈਆਂ ਲਈ ਵੀ ਆ, ਠੀਕ ਹੈ। ਆਈ ਆਪਾਂ ਦੇਖਾਂਗੇ। ਅੱਜ ਮੈਂ ਤੁਹਾਨੂੰ ਵਚਨ ਦੱਸਣਾ ਆ ਚੁਗਲੀ ਨਿੰਦਿਆ ਦੇ। ਇਹ ਵੀ ਭੈਣਾਂ ਬਹੁਤ ਕਰਦੀਆਂ, ਇਹਦੇ ਵਿੱਚ ਵੀ ਬਹੁਤ ਵੱਧ ਗਈਆਂ ਭੈਣਾਂ, ਚੁਗਲੀ ਨਿੰਦਿਆ ਵਿੱਚ ਵੀ ਬਹੁਤ ਵੱਧ ਗਈਆਂ ਆ। ਇਸੇ ਕਰਕੇ ਆਸ਼ੀਸ਼ਿਤ ਨਹੀਂ ਆਉਂਦੇ, ਤੇ ਅੱਜ ਇਹ ਵੀ ਆਪਾਂ ਸੁਣਨਾ ਤੇ ਇਹਨੂੰ ਮੰਨ ਕੇ ਛੱਡਣਾ ਆ, ਮੰਨ ਕੇ ਛੱਡ ਕੇ ਜਾਣਾ ਆ ਕਿ ਵੀ ਪ੍ਰਭੂ ਇਹ ਮੇਰੇ ਕੋਲੋਂ ਭੁੱਲਾਂ ਹੋਈਆਂ, ਇਹ ਮੇਰੇ ਕੋਲੋਂ ਪਾਪ ਹੋਏ ਆ, ਤਾਂ ਮੈਨੂੰ ਸ਼ਮਾ ਕਰ ਦਿਓ। ਅੱਜ ਤੋਂ ਬਾਅਦ ਇੱਕ ਮੈਂ ਸੱਚਾ ਨਿਰਣਾ ਲਾਊਂਗੀ, ਪ੍ਰਭੂ ਮੈਂ ਕਦੀ ਕਿਸੇ ਦੇ ਪ੍ਰਤੀ ਕੋਈ ਚੁਗਲੀ ਨਹੀਂ ਦਿੱਤੀ। ਜਿਹੜੀ ਜ਼ੁਬਾਨ ਮੈਨੂੰ ਦਿੱਤੀ ਪਰਮੇਸ਼ਰ, ਉਹਦੇ ਨਾਲ ਮੈਂ ਤੇਰੀ ਮਹਿਮਾ ਕਰੂੰਗੀ। ਨਾ ਕਿ ਮੈਂ ਕਿਸੇ ਜ਼ਿੰਦਗੀ ਲਈ ਕੋਈ ਗਲਤ ਸ਼ਬਦ ਬੋਲੂੰਗੀ, ਨਾ ਮੈਂ ਕਿਸੇ ਪਰਿਵਾਰ ਲਈ ਕੋਈ ਗਲਤ ਸ਼ਬਦ ਬੋਲੂੰਗੀ। ਹਾਂਜੀ ਪੜ੍ਹੀ ਭੈਣ ਜੀ, ਇਹ ਪੱਕੀ ਗੱਲ ਹੈ, ਇਹ ਪੱਕੀ ਗੱਲ ਆ ਕਿ ਜੇ ਤੁਸੀਂ ਕੋਈ ਖਬਰ ਸਾਰੇ ਨਗਰ ਵਾਸੀਆਂ ਤੱਕ ਪਹੁੰਚਾਉਣੀ ਹੋਵੇ, ਕੀ ਇਹ ਚੰਗੀ ਗੱਲ ਹੈ?
ਕਿ ਇਹ ਪਾਪ ਨੇ ਕਿ ਇਹ ਪਾਪ ਨੇ ਕਿ ਅਸੀਂ ਚੁਗਲੀ ਨਿੰਦਿਆ ਕਰਦੇ ਤੇ ਇਸ ਪਾਪ ਤੋਂ ਸਾਡਾ ਹੋਰ ਤੇ ਛੁਟਕਾਰਾ ਕਿੱਦਾਂ ਹੋ ਸਕਦਾ ਕਿੱਦਾਂ ਛੁਟਕਾਰਾ ਹੋ ਸਕਦਾ ਇਸ ਪਾਪ ਤੋਂ ਹਾਂਜੀ ਇੱਥੇ ਹੀ ਬਸ ਇੱਥੇ ਇੱਦਾਂ ਹੀ ਬੋਲੀ ਜਾਂਦੀ ਆ ਬਸ ਤੇ ਜਦੋਂ ਲੜਾਈ ਝਗੜਾ ਕਰਨਾ ਹੋਵੇ ਜਦੋਂ ਕਿਸੇ ਦੀ ਚੁਗਲੀ ਕਰੀਏ ਉਹ ਤਾਂ ਉੱਚੀ ਉੱਚੀ ਤਾਂ ਹੁਣ ਮੈਂ ਪੁੱਛਦੀ ਪਈ ਹਾਂ ਤਾਂ ਹੁਣ ਆਪਸ ਵਿੱਚ ਬਸ ਮੂੰਹ ਦੇ ਵਿੱਚ ਹੀ ਹੁਣ ਕਿੱਦਾਂ ਹੁਣ ਮਤਲਬ ਆਵਾਜ਼ ਨਹੀਂ ਉੱਚੀ ਹੁੰਦੀ ਹੁਣ ਵੀ ਆਵਾਜ਼ ਉੱਚੀ ਕਰੀਏ ਹੁਣ ਤਾਂ ਆਪਣਾ ਚੰਗੇ ਕੰਮ ਲਈ ਆਪਾਂ ਕਹਿ ਰਹੇ ਆਪਣੀ ਆਵਾਜ਼ ਉੱਚੀ ਕਰੀਏ ਨਹੀਂ ਭੈਣ ਜੀ ਅਸੀਂ ਅੱਜ ਤੋਂ ਬਾਅਦ ਨਹੀਂ ਕਰਾਂਗੇ ਕੰਮ ਨਹੀਂ ਕਰਾਂਗੇ ਪਾਪ ਹਾਂਜੀ ਪ੍ਰਭੂ ਯੀਸ਼ੂ ਇਸ ਗੱਲ ਨੂੰ ਜਾਣਦਾ ਸੀ ਪਰਮੇਸ਼ਰ ਇਸ ਗੱਲ ਨੂੰ ਜਾਣਦਾ ਸੀ ਇਸੇ ਕਰਕੇ ਉਹਨੇ ਆਪਣੇ ਜੀਵ ਉੱਠਣ ਦੀ ਸੋਚਣਾ ਇਸੇ ਕਰਕੇ ਉਹਨੇ ਆਪਣੇ ਜੀਵ ਉੱਠਣ ਦੀ ਸੋਚਣਾ ਮਰੀਅਮ ਨੂੰ ਦੱਸ ਕੇ ਮਰੀਅਮ ਨੂੰ ਦੱਸੀ ਚੇਲਿਆਂ ਤੱਕ ਇਹ ਖਬਰ ਪਹੁੰਚਾਉਣ ਦਾ ਚੇਲਿਆਂ ਤੱਕ ਇਹ ਖਬਰ ਪਹੁੰਚਾਉਣ ਦਾ ਜਿੰਮਾ ਦੇ ਦਿੱਤਾ ਜਿੰਮਾ ਦੇ ਦਿੱਤਾ ਪਰਮੇਸ਼ਰ ਔਰਤ ਦੀ ਕਮਜ਼ੋਰੀ ਨੂੰ ਜਾਣਦਾ ਕਿ ਇਹ ਚੁੱਪ ਰਹਿਣ ਵਾਲੀ ਨਹੀਂ ਆ ਇਸ ਕਰਕੇ ਉਹਨੇ ਜ਼ਿੰਮੇਵਾਰੀ ਜਿਹੜੀ ਆ ਭਾਈਆਂ ਨੂੰ ਨਹੀਂ ਦਿੱਤੀ ਉਹਨੇ ਭੈਣਾਂ ਨੂੰ ਦਿੱਤੀ ਜ਼ਿੰਮੇਵਾਰੀ ਭੈਣ ਗਈ ਪਰਮੇਸ਼ਰ ਉਹ ਜਿੱਥੇ ਮਤਲਬ ਕਬਰਸਤਾਨ ਸੀ ਜਿੱਥੇ ਪਰਮੇਸ਼ਰ ਨੇ ਜੀ ਉੱਠਣਾ ਸੀ ਭੈਣ ਗਈ ਉਹਨੂੰ ਦੇਖਣ ਉਹਨੂੰ ਪਾਲਣ ਪਰਮੇਸ਼ਰ ਉਹਦੀ ਜ਼ਿੰਮੇਵਾਰੀ ਪਹਿਲੇ ਲਾਤੀ ਸੀ ਕਿ ਭੈਣ ਜਿਹੜੀ ਆ ਉਹ ਜਾਊਗੀ ਤੇ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰੂਗੀ ਚੇਲਿਆਂ ਨੂੰ ਜਾ ਕੇ ਦੱਸੂਗੀ ਕਿ ਯਿਸੂ ਮਸੀਹ ਜੀ ਉੱਠਿਆ ਹੈ ਤੇ ਭੈਣਾਂ ਅੱਜ ਏਦਾਂ ਦਾ ਨਿਰਣਾ ਲੈਣ ਜਿਹੜੀ ਪਰਮੇਸ਼ਰ ਨੇ ਸਾਡੇ ਕੋਲੋਂ ਰੱਖੀ ਹੈ ਗੱਲ ਕਿ ਪਰਮੇਸ਼ਰ ਚਾਹੁੰਦਾ ਕਿ ਭੈਣਾਂ ਜਾ ਕੇ ਕੀ ਕਰਨ ਸੁਸਮਾਚਾਰ ਦਾ ਪ੍ਰਚਾਰ ਕਰਨ ਭੈਣਾਂ ਜਾ ਕੇ ਪਰਮੇਸ਼ਰ ਦੇ ਜੀ ਉੱਠਣ ਦਾ ਪ੍ਰਚਾਰ ਕਰਨ ਭੈਣਾਂ ਜਾ ਕੇ ਪਰਮੇਸ਼ਰ ਦੇ ਨਾਂ ਦੀ ਮਹਿਮਾ ਕਰਨ ਜਗ੍ਹਾ ਨਗਰ ਨਗਰ ਜਾ ਕੇ ਟੁੱਟੇ ਹੋਏ ਲੋਕਾਂ ਨੂੰ ਜਿਹੜੇ ਪਰਮੇਸ਼ਰ ਦੇ ਵਿੱਚ ਜੋੜੇ ਪੈਣ ਪਾਪ ਦੇ ਵਿੱਚ ਜਿਹੜੇ ਫਸੇ ਹੋਏ ਲੋਕ ਉਹ ਭੈਣਾਂ ਜਾ ਕੇ ਆਪਣੇ ਪ੍ਰਚਾਰ ਦੇ ਵਸੀਲੇ ਉਹਨਾਂ ਨੂੰ ਕੀ ਕਰ ਲਏ ਪਾਪ ਵਿੱਚੋਂ ਬਾਹਰ ਕੱਢ ਲਏ ਨਸ਼ਿਆਂ ਨਾਲ ਗ੍ਰਸਤ ਲੋਕ ਉਹਨਾਂ ਤੱਕ ਨਹੀਂ ਅਸੀਂ ਪਹੁੰਚਾ ਸਕਦੇ ਗੱਲ ਜੇ ਚੁਗਲੀ ਨਿੰਦਿਆ ਤਾਂ ਚੁਗਲੀ ਨਿੰਦਿਆ ਅਸੀਂ ਬਹੁਤ ਜ਼ਿਆਦਾ ਸਾਨੂੰ ਕਹਿਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਚੁਗਲੀ ਨਿੰਦਿਆ ਅਸੀਂ ਏਦਾਂ ਫੈਲਾ ਦਿੰਦੇ ਹਾਂ ਨਾ ਤੇ ਕੀ ਅਸੀਂ ਆ ਪਰਮੇਸ਼ਰ ਦਾ ਵਚਨ ਨਹੀਂ ਫੈਲਾ ਸਕਦੇ ਪਰਮੇਸ਼ਰ ਦਾ ਵਚਨ ਨਹੀਂ ਅਸੀਂ ਫੈਲਾ ਸਕਦੇ ਕਿੰਨੇ ਲੋਕ ਆ ਜਿਨ੍ਹਾਂ ਨੂੰ ਤੁਹਾਡੀ ਕੀ ਆ ਜ਼ਰੂਰਤ ਆ ਸਾਡੀ ਹਜ਼ਾਰਾਂ ਹੀ ਲੱਖਾਂ ਲੋਕ ਜਿਹੜੇ ਆ ਪਾਪ ਦੇ ਵਿੱਚ ਮਰ ਰਹੇ ਆ ਕਿ ਉਹਨਾਂ ਦੀ ਕਦੀ ਤਰਸ ਨਹੀਂ ਆਇਆ ਉਹਨਾਂ ਦੀ ਕਦੀ ਮਨ ਵਿੱਚ ਖਿਆਲ ਨਹੀਂ ਆ ਜਦੋਂ ਚੁਗਲੀ ਨਿੰਦਿਆ ਦਾ ਖਿਆਲ ਆਉਂਦਾ ਵੀ ਅੱਜ ਮੈਂ ਕਿਸੇ ਦੇ ਕੋਲ ਚੁਗਲੀ ਨਹੀਂ ਪਹੁੰਚਾਈ ਨਹੀਂ ਆ ਅੱਜ ਮੈਂ ਕੀਤੀ ਨਹੀਂ ਕਿਸੇ ਨਾਲ ਚੁਗਲੀ ਨਿੰਦਿਆ ਹਨਾ ਤੇ ਕਦੀ ਏਦਾਂ ਦਾ ਖਿਆਲ ਨਹੀਂ ਆਇਆ ਵੀ ਅੱਜ ਮੈਂ ਕਿਸੇ ਭੈਣ ਨੂੰ ਵਚਨ ਨਹੀਂ ਦੱਸਿਆ ਅੱਜ ਮੈਂ ਕਿਸੇ ਪਰਿਵਾਰ ਤੱਕ ਵਚਨ ਨਹੀਂ ਦੱਸਿਆ ਇੰਨੇ ਲੋਕ ਪਾਪ ਦੇ ਵਿੱਚ ਮਰ ਰਹੇ ਆ ਮੈਂ ਅੱਜ ਕਿਹਦੇ ਕੋਲ ਗਈ ਆ ਅੱਜ ਮੈਂ ਕਿਹਨੂੰ ਦੱਸਿਆ ਪਰਮੇਸ਼ਰ ਦਾ ਵਚਨ ਕਿੰਨੇ ਪਰਿਵਾਰ ਟੁੱਟ ਰਹੇ ਆ ਕਿੰਨੇ ਮੀਆਂ ਬੀਬੀ ਦੇ ਤਲਾਕ ਹੋ ਰਹੇ ਆ ਮੈਂ ਕਿਹਨੂੰ ਜਾ ਕੇ ਪਰਮੇਸ਼ਰ ਦਾ ਵਚਨ ਦੱਸਿਆ ਕਿ ਤੁਹਾਡੇ ਉਸ ਪ੍ਰਚਾਰ ਦੇ ਵਸੀਲੇ ਉਹ ਮੀਆਂ ਬੀਬੀ ਦੀ ਸੁਲਾਹ ਹੋ ਜਾਏ ਉਹਨਾਂ ਦਾ ਤਲਾਕ ਨਾ ਹੋ ਕਿੰਨੇ ਜਵਾਨ ਬੱਚੇ ਆ ਜਿਹੜੇ ਨਸ਼ਿਆਂ ਨਾਲ ਗ੍ਰਸਤ ਆ ਜਵਾਨ ਜਵਾਨ ਬੇਟੀਆਂ ਜਵਾਨ ਬੇਟੇ ਕਿੰਨੀ ਕੀ ਤੁਹਾਡੇ ਅੰਦਰ ਕਦੀ ਨਹੀਂ ਇਹ ਗੱਲ ਆਈ ਕਿ ਵੀ ਮੈਂ ਜਾਵਾਂ ਉਸ ਜਵਾਨ ਬੱਚਿਆਂ ਦੇ ਕੋਲ ਜਾ ਕੇ ਉਹਨਾਂ ਨੂੰ ਸੁਸਮਾਚਾਰ ਸੁਣਾਈਏ ਜਾ ਪਰਮੇਸ਼ਰ ਦਾ ਵਚਨ ਦੱਸੀਏ ਕਿ ਬੇਟਾ ਇਹ ਨਸ਼ਾ ਜਿਹੜਾ ਆ ਤੈਨੂੰ ਲੱਗ ਗਿਆ ਇਹ ਤੈਨੂੰ ਇੱਕ ਦਿਨ ਨਰਕ ਦੀ ਅੱਗ ਦੇ ਵਿੱਚ ਲੈ ਜਾਊਗਾ ਮੇਰੇ ਬੇਟੇ ਮੇਰੀ ਬੇਟੀ ਆ ਮੇਰੇ ਨਾਲ ਚੱਲ ਪਰਮੇਸ਼ਰ ਦੇ ਘਰ ਵਿੱਚ ਤੈਨੂੰ ਮੈਂ ਅੱਜ ਵਚਨ ਦੱਸਦੀ ਹਾਂ ਕਿ ਇਹ ਪਾਪ ਆ ਤੂੰ ਆਪਣੀ ਜ਼ਿੰਦਗੀ ਨੂੰ ਨਾਸ਼ ਕਰ ਰਿਹਾ ਇਹ ਪਾਪ ਆ ਤੂੰ ਆਪਣੀ ਜ਼ਿੰਦਗੀ ਨੂੰ ਨਾਸ਼ ਕਰ ਰਹੀ ਹੈ ਪਾਪ ਆ ਕਿ ਕਦੀ ਨਹੀਂ ਮਨ ਵਿੱਚ ਆਇਆ ਕਿ ਅਸੀਂ ਆਪਣੇ ਬੱਚਿਆਂ ਤੱਕ ਸੀਮਤ ਹੈ ਨਿਕਲੀਏ ਪਰਮੇਸ਼ਰ ਦਾ ਕੰਮ ਕਰੀਏ ਚੁਗਲੀ ਨਿੰਦਿਆ ਤੇ ਸੀਮਤ ਨਾ ਰਹੀਏ ਚੁਗਲੀ ਨਿੰਦਿਆ ਜਿਹੜੀ ਤੁਸੀਂ ਕਰਦੇ ਆ ਲੋਕਾਂ ਦੇ ਪਰਿਵਾਰ ਤੋੜਦੀ ਆ ਪਰ ਜਦੋਂ ਤੁਸੀਂ ਯਿਸੂ ਦਾ ਵਚਨ ਸੁਣਾਉਂਦੇ ਤਾਂ ਉਹਨਾਂ ਦੇ ਪਰਿਵਾਰ ਜੁੜ ਜਾਂਦੇ ਆ ਇੱਥੇ ਮੈਂ ਜਿਹੜਾ ਪ੍ਰਭਾਂ ਇੱਕ ਲੈਣ ਪੜੀਏ ਉਹ ਤਾਂ ਮਿਸੀ ਵਚਨ 9 ਦੇ
नीति वचन कहता नौ दी तेरा है। मूर्ख तीवी बड़ बोली है, मूर्ख तीवी बड़ बोली है, ओ पौड़ी है, ओ पौड़ी है, तुसी भी जिदा पौड़े हैं। तानू नहीं पता चलता ये जरा मैं चुगली निंदिया कर रही हाँ ये पाप आ, तुसी पौड़े हैं, नहीं पता चलता। जे तुसी होशियार होवो ना तो तुसी करके पाप ना करो, इहदा मतलब हले तक तुसी भोले ही हाँ, तुहानू पता ही नहीं चलता कि मैं ये जो कुछ कर रही हाँ ये की कर रही हाँ, पाप कर रही हाँ। यह भी औरत यह भी पाप करती पई है। हाँ जी, वो भोली है तो कुछ जानती ही नहीं, वो भोली आ ते कुछ जानती नहीं, वो कुछ जानती नहीं आ कि यह जो मैं कर रही हाँ ये कि मैं चंगा कर रही हाँ ज माड़ा कर रही हूँ। हाँ जी, वो अपने घर के बूहे कोल, वो अपने घर के बूहे कोल नगर के उची थाई मुड़े उते बैठी है, मुड़े उते बैठी ओ औरत अपने घर के बूहे के अगे बैठी है। जिदा हुण भी बहुत सारिया औरतां जिहड़ियां अपना काम कार खत्म करके ते घर के बूहे दे कोले बह जांदियां कि आए गए नूं मैं देखा, आए गए ना मैं की करा गल करा। गल कहड़ी करनी, गल कहड़ी करनी, पाप दी चुगली निंदिया दी। ओ गल नहीं करनी कि जे परमेश्वर दा मैं उहनूं वचन दस दिंदा ओह भैण मेरे कोल आई आ बैठी आ, है वो भैन लंघ दी पई है, मैं आवाज मार के परमेश्वर का वचन दसा, वो भाई लंघ दा पिया मैं वचन दसा परमेश्वर का ना। इदा नहीं, इदा चाहते हैं कि भी वह भैन हूँ मेरे को आ गई है, हूँ मैं जान नहीं देना जब तक वो मैं 10-15 मिनट चुगली निंदिया करना लगा। आप भी पाप तो दूजे का भी, दूजे भी पाप करा ना, तो आप राज जाना ना दूजे जान देना। वो तस्वीर अज भैणा की हुई हुई है ते अपने आप को चेक करो कितने कितने पाप किया। जे कोई नहीं मिलता तो फिर असी फोन है, फिर फोन है इन्हें महंगे जड़े फोन आ, फोन है फोन से बनाओ नंबर मिनट के इधर उधर चुगली निंदिया पहुंचा दो। जेड़ा वचन इतने सुनाया जाता अगर कोई नहीं भी आता चर्च आप कभी कोशिश नहीं की थी कि भी आप वचन दसीए फोन बना के अज तुम भैन जी आए नहीं, अज तुम भाई जी आए नहीं, अज मैं तुम दस रही हाँ कि अज की वचन उठे, अज की वचन सुनाया गया, ये गल नहीं दसनी। पर जो कोई नहीं भी आया ना तो भी फोन करना जरूर है, पर कद ली, कद ली चुगली निंदिया, चुगली निंदिया नहीं की करना, इधर उधर दिया मार के कोई वचन की गल नहीं करनी, इधर उधर दिया मार के चलो। आमीन। हाँ जी पढ़िए, राइयां नूं सदे, आउंदे जांदे लोकां नूं की करे सदे ताकि वो मेरे कोल बैठण, तो मैं बैठ के उन्हां नूं तसल्ली दे नाल उन्हां दे अंदर तेरी चुगली निंदिया की जहर घोल दवां उन्हां दे अंदर कि यीशु मसीह तों कदी ना ही लै सकदा। कहना यीशु मसीह नूं मंनदी है भैण, यह तो आप चुगली निंदिया करती है, यह किसी को भी हटा सकती है, इन्हें तो आप किसी की जिंदगी नरक बनाती चुगली निंदिया करके कि यीशु मसीह के कोल आने का उन्हें आने रस्ते ही बंद कर देते कि इसे लिए ठहराया सानू परमेश्वर ने, कि इसे लिए चुनिया सानू, कि सानू इसे लिए चुनिया परमेश्वर ने, उन्हें अपना लहू बहाता, उन्हें अपनी जान दे दी, उन्हें कोड़े खाते परमेश्वर ने कि इसे लिए खाते कि असी उहदा काम नहीं करना बल्कि चुगली निंदिया बनानी, लोगों के परिवार तोड़ने चुगली निंदिया करके, लोगों के घर में शांति खत्म करनी चुगली निंदिया करके। हाँ जी, राइयां नूं सच्चे जिहड़े अपने राह सीधे तुरे जाते, जिहड़े अपने बेचारे राह ते सीधे तुरे जाते हैं वह सीधे तौर तुर के उन्होंने बेचारे ने कि हो सकता होगा तो यीशु मसीह के कोल आ जाते हैं, पर जो विश्वासी भैन कोई इदा दी कोल बह गए तो बस सारे रस्ते उन्हें बंद हो गए। सानू इदा का बनना, सानू कि बनना लोगों की आशीष का कारण बनना, बोलिए लोगों की बरकत का कारण बनना से। तो मुड़ के लेबर कराई चर्च में कभी चुगली निंदिया होनी भी नहीं चाहिए, जे निर्णय लै रहे ना कभी चुगली भी नहीं होनी चाहिए, ताड़ी तरीफ सुने
लोग फलानी भैन साढ़े को आई सी फलाना भाई साढ़े को आया सी सानू इन्निया अच्छिया गल्लां दस के गए कि साढ़े परिवार च उदों दी इन्नी शांति आ साढ़े परिवार च इन्नी बरकत आ साढ़े बच्चे आज्ञाकार हो गए आ साढ़े परिवार च बहुत आनंद है ताड़ी कोई सिफत करना तो जो चुगली नहीं दिया करोगे सिफत नहीं करोगे ताड़ी ताड़े को कई कुछ दूर पाए होंगे लोग निकलने कि ये भैन ने तो सीखा ही होगा चर्च में जाके कि चुगली नहीं दिया करनी परिवार को तोड़ना पाप करना तो भैन ताड़े लागे बैठूंगी नहीं वो भैन ताड़े लागे हो कई कुछ दूर होके निकलोगे ताड़े को क्योंकि वो अपनी जिंदगी को बचाना चाहती है पर अगर ताड़े हथी चढ़ गए जो चुगली नहीं दिया वाले तो वो भी जिंदगी जी बचनी नहीं है वो सिद्धि वो भी नरकली दिया क्योंकि बाइबल में लिखा चुगली करने वाले भी ते चुगली सुनने वाले भी चुगली करने वाले चुगली सुनने वाले दोने की है दोने ही पापी दोने पापी ते स्वर्ग के राज में जो हो नहीं जा सकते कि असी अपना टाइम इन्ना बतीत करते इतने आ गए आने अपने घर आते काम कार छड़ के आने एक छुट्टी होंगी है भाइयों वो सारी दिहाड़ी इतने परमेश्वर के कदमों के गुजारते हैं कभी उन्होंने इदा नहीं कहा कि नहीं मैं अज अपने की है अज छुट्टी है तो चलो अज मैं अपना इंजॉय करते हैं है ना अपने रिश्तेदार दे जाने तुम इन्ना टाइम परमेश्वर के कदमों के आने लोगों दल भी सुनते हैं रिश्तेदार दल सुनते हैं रिश्तेदार बहुत सारिया गल् साढ़े लिए करते हैं कि असी वो गल मतलब सुन के भी है ना गल सुन के भी फिर भी नहीं सानू कोई मतलब फायदा होया इतने आने के तो की फायदा ताडा इतने आया जे असी गल भी सुनते हाँ परमेश्वर के आते सू गी सुननिया पैदा सू आंढ़ गुआढ़ दिन सुननिया पैदा रिश्तेदार सुननिया पैदा जे परिवार चो एक जना मन लग पा तो बाकी विरोध कर लग पे तो इस करके कि असी एक ही मतलब गल्लां बातां सुन के भी असी उहदे राज विच ना जाइए किहड़ी चीज़ तुहानूं रोकदी उहदे राज विच जाण तों जिहड़ी चीज़ परमेश्वर दे राज विच जाण तों तुहानूं रोकदी आ तो उहनूं की करना अपनी जिंदगी तों कट कर देना उस गल ताकि तुसीं उहदे राज विच जा सको क्योंकि परमेश्वर दे राज विच जाना सौखा नहीं आ बहुत औखा है इसलिए डेली अपने आप को सिद्ध करिया करिए अपने परमेश्वर के परमेश्वर कि मेरे कोई जवान का पाप ना हो जाए परमेश्वर मेरे को सुन का पाप ना हो जाए परमेश्वर मेरे को अखा का पाप ना भी हो जाए प्रभु मेरी मदद कर सवेरे उठने क्या करिए प्रभु मेरी मदद कर परमेश्वर प्रभु कितने मैं वो पूरी दिहाड़ी में कोई पाप ना कर लगा मेरी मदद कर परमेश्वर पुत्रात्मा तुम मेरे नाल रहोगे तो मैं कोई पाप नहीं कर सकती हमेशा तुसी मेरी राखी करो तुसी मेरी मदद करो पुत्रात्मा जी ताकि मैं बची रहा पाप को ताकि परमेश्वर जे मैं जान गई हाँ मैं प्रभु तू मुक्ति दाता हाँ तो अगर मैं राज विच नहीं गई तो की फायदा इस करके जो कोई आंदा जाता ताडे कोल उहनूं रब दी गल दसो उहनूं परमेश्वर के नजदीक लैके आओ तो परमेश्वर ताडे तों खुश हो क्योंकि बाइबल में लिखा है कि परमेश्वर दी अखां पूरी धरती दे उत्ते लगियां पईयां परमेश्वर तुहानूं देखदा पूरा दिन विच मेरी बेटी मेरे लिए की करदी है मेरा पुत्र मेरे लिए की करदा पूरी दिहाड़ी विच कि रोटी पानी खा के बस खत्म लेट लिया सो लिया टीवी देख लिया बस इधर उधर चुगली निंदिया मार ले फोन ते घंटा क गल्लां कर लिया बस एहो ही करना चाहते परमेश्वर तो मना कर परमेश्वर चाहता कि ताड़े कोल समा हैगा आ अपने कम्मां करन तो फ्री हो गए समा हैगा तो अपने परमेश्वर के कदमों के विच आइए अपने प्रभु ना कि उस औरत वांगू जिहने उस औरत ने अपना मंजा किया गली के मोहरे अपने दरवाजे के मोहरे डाया ताकि आंदे जांदियां नूं घेरे ते पाप करावे ते जे औरत उह मसीही हुंदी ते कईआं नूं उहने मसीही बना देना सी अज जे तुसी मसीही आ ते कईआं नूं तुसी मसीह दे विच लिआ सकदे हां जी पढ़ी गई जी ओह अत्ता 18 दी 8 है चुगली करन वाले दीआं गल्लां
ਇਦਾਂ ਦੀਆਂ ਆ ਹਾਂਜੀ ਉਹ ਢਿੱਡ ਵਿੱਚ ਹੀ ਵੜ ਜਾਂਦੀਆਂ ਉਹ ਢਿੱਡ ਦੇ ਵਿੱਚ ਹੀ ਵੜ ਜਾਂਦੀ ਜਿੱਦਾਂ ਰੋਟੀ ਤੁਹਾਡੇ ਸਵਾਦ ਨਾਲ ਖਾਧੀ ਨੂੰ ਢਿੱਡ ਦੇ ਵਿੱਚ ਵੜ ਜਾਂਦੀ ਨਾ ਚੁਗਲੀ ਨਿੰਦਿਆ ਕੀਤੀ ਤੁਹਾਡੇ ਢਿੱਡ ਦੇ ਵਿੱਚ ਢਿੱਡ ਵਿੱਚ ਹੀ ਵੜ ਜਾਂਦੀ ਤਾਂ ਜਦੋਂ ਚੁਗਲੀ ਨਿੰਦਿਆ ਢਿੱਡ ਵਿੱਚ ਵੜ ਜਾਂਦੀ ਤਾਂ ਫਿਰ ਰੱਬ ਦਾ ਨਾਮ ਕਿੱਥੋਂ ਲੈਣਾ ਫਿਰ ਪ੍ਰਾਰਥਨਾ ਕਰਨ ਨੂੰ ਕਿੱਥੋਂ ਦਿਲ ਕਰਨਾ ਫਿਰ ਉਹ ਰੜਕਦੀਆਂ ਰਹਿਣੀਆਂ ਗੱਲਾਂ ਫਲਾਨੀ ਭੈਣ ਨੇ ਮੈਨੂੰ ਆਹ ਗੱਲ ਕਹੀ ਸੀ ਫਲਾਨੇ ਭਾਈ ਨੇ ਮੈਨੂੰ ਆਹ ਗੱਲ ਕਹੀ ਸੀ ਫਿਰ ਉਹ ਰੜਕਣੀਆਂ ਪੇਟ ਦੇ ਵਿੱਚ ਤਾਂ ਫਿਰ ਪ੍ਰਾਰਥਨਾ ਨੂੰ ਮਨ ਨਹੀਂ ਕਰਨਾ ਇੱਦਾਂ ਦੀਆਂ ਚੁਗਲੀਆਂ ਆ ਇੱਦਾਂ ਦੀ ਨਿੰਦਿਆ ਆ ਉਹ ਕੰਮ ਕਰੋ ਜਿਹੜੇ ਪਰਮੇਸ਼ਰ ਦੇ ਨਜ਼ਦੀਕ ਤੁਹਾਨੂੰ ਲੈ ਕੇ ਆਉਣ ਉਹ ਗੱਲਾਂ ਕਰੋ ਕਿ ਤੁਹਾਡੇ ਅੰਦਰੋਂ ਗਵਾਹੀ ਹੋਵੇ ਕਿ ਮੈਂ ਅੱਜ ਪ੍ਰਾਰਥਨਾ ਨਹੀਂ ਕੀਤੀ ਮੈਂ ਅੱਜ ਵਚਨ ਨਹੀਂ ਪੜ੍ਹਿਆ ਮੈਂ ਅੱਜ ਕਿਸੇ ਨੂੰ ਪਰਮੇਸ਼ਰ ਦਾ ਵਚਨ ਨਹੀਂ ਦੱਸਿਆ ਤੁਹਾਡੇ ਅੰਦਰੋਂ ਆਵਾਜ਼ ਆਵੇ ਪ੍ਰਭੂ ਮੇਰੀ ਮਦਦ ਕਰ ਕਿ ਮੈਂ ਜਾਵਾਂ ਲੋਕਾਂ ਦੇ ਕੋਲ ਮੇਰੇ ਜਾਣ ਦੇ ਨਾਲ ਲੋਕਾਂ ਨੂੰ ਆਸ਼ੀਸ਼ ਮਿਲ ਜਾਏ ਮੇਰੇ ਜਾਣ ਦੇ ਨਾਲ ਲੋਕਾਂ ਨੂੰ ਕੀ ਆ ਬਰਕਤ ਮਿਲ ਜਾਵੇ ਉਹਨਾਂ ਦਾ ਛੁਟਕਾਰਾ ਹੋ ਜਾਏ ਉਹਨਾਂ ਦੇ ਪਰਿਵਾਰ ਟੁੱਟੇ ਹੋਏ ਜੁੜ ਜਾਣ ਮੇਰੇ ਜਾਣ ਨਾਲ ਉਹਨਾਂ ਪਰਿਵਾਰਾਂ ਚੋਂ ਨਸ਼ਾ ਨਿਕਲ ਜਾਵੇ ਉਹਨਾਂ ਮੀਆਂ ਬੀਬੀ ਦਾ ਜੋ ਤਲਾਕ ਹੋ ਰਿਹਾ ਲੜਾਈ ਝਗੜੇ ਹੋ ਰਹੇ ਮੇਰੇ ਜਾਣ ਦੇ ਨਾਲ ਖਰੇ ਪਰਮੇਸ਼ਰ ਉੱਤੇ ਚਮਤਕਾਰ ਕਰਦੇ ਮੇਰੇ ਦੋ ਸ਼ਬਦ ਬੋਲਣ ਦੇ ਨਾਲ ਕਿ ਉਹ ਮੀਆਂ ਬੀਬੀ ਫਿਰ ਇੱਕ ਹੋ ਜਾਣ ਕਿ ਉਹ ਭੈਣ ਦਾ ਮਨ ਹੀ ਨਾ ਕਰੇ ਜਾਣ ਨੂੰ ਏਦਾਂ ਦਾ ਜੀਵਨ ਜੀਏ ਹਾਂਜੀ ਅੱਗੇ ਬਸ ਉਸ ਕਿਤਾਬ ਚ ਪੜ੍ਹੀ ਗੱਲਾਂ ਕਰਨ ਦੀ ਸ਼ਕੀਨ ਜੀਬ ਗੱਲਾਂ ਕਰਨ ਦੀ ਸ਼ਕੀਨ ਜੀਬ ਇਹ ਕੀ ਆ ਬਹੁਤ ਮਤਲਬ ਕਹਿੰਦਾ ਸ਼ਕੀਨ ਆ ਗੱਲਾਂ ਕਰਨ ਦੀ ਵੀ ਕੋਈ ਮੇਰੇ ਕੋਲ ਬਚ ਕੇ ਤਾਂ ਜਾਊਗਾ ਏਦਾਂ ਦੀਆਂ ਗੱਲਾਂ ਉਹਨੇ ਮਤਲਬ ਸ਼ਕੀਨ ਹੋਈ ਹੋਈ ਆ ਗੱਲਾਂ ਕਰਨ ਦੀ ਜੀਬ ਸਾਡੀ ਹਾਂਜੀ ਬੜਾ ਗੁਣੀ ਹਥਿਆਰ ਬਣ ਸਕਦੀ ਹੈ ਬੜਾ ਗੁਣੀ ਹਥਿਆਰ ਇਹ ਜੀਵ ਬਣ ਸਕਦੀ ਆ ਜਿਹੜਾ ਅਸੀਂ ਚੁਗਲੀ ਨਿੰਦਿਆ ਨੂੰ ਚਲਾਉਂਦੇ ਆ ਇਹ ਗੁਣੀ ਹਥਿਆਰ ਬਣ ਸਕਦੀ ਜਦ ਅਸੀਂ ਰੱਬ ਦਾ ਕੰਮ ਇਸ ਜੀਵ ਦੇ ਨਾਲ ਮੂੰਹ ਨਾ ਕਰਾਂਗੇ ਹਾਂਜੀ ਕਿਉਂ ਨਾ ਆਪਾਂ ਪ੍ਰਭੂ ਵਚਨ ਦੀਆਂ ਹੀ ਗੱਲਾਂ ਕਰੀਏ ਕਿਉਂ ਨਾ ਆਪਾਂ ਪਰਮੇਸ਼ਰ ਦੇ ਵਿੱਚੋਂ ਚੰਗੀਆਂ ਹੀ ਗੱਲਾਂ ਕਰੀਏ ਬੁਰੀਆਂ ਨੂੰ ਪਿੱਛੇ ਛੱਡ ਦਈਏ ਬੁਰੀਆਂ ਨੂੰ ਪਛਾਣ ਛੱਡ ਦਈਏ ਚੰਗੀਆਂ ਗੱਲਾਂ ਵੱਲ ਜਾਈਏ ਆਪਣੇ ਪਰਮੇਸ਼ਰ ਵੱਲ ਕਿਉਂਕਿ ਪਰਮੇਸ਼ਰ ਸਾਨੂੰ ਕੀ ਸਿਖਾਉਂਦਾ ਹੈ ਚੰਗੀਆਂ ਗੱਲਾਂ ਸਿਖਾਉਂਦਾ ਤੇ ਸਾਡਾ ਵੀ ਫਰਜ਼ ਬਣਦਾ ਕਿ ਜੋ ਕੁਛ ਅਸੀਂ ਸਿੱਖਦੇ ਆ ਅਸੀਂ ਲੋਕਾਂ ਨੂੰ ਚੰਗੀਆਂ ਗੱਲਾਂ ਪਰਮੇਸ਼ਰ ਦੀਆਂ ਦੱਸੀਏ ਤਾਂ ਕਿ ਜਿਹੜੀਆਂ ਜਿੰਦੀਆਂ ਨਾਸ਼ ਹੋਈਆਂ ਪਾਪ ਚ ਉਹ ਬਚ ਜਾਣ ਆਪਣੇ ਤੇ ਸੀਮਤ ਨਾ ਰਹੀਏ ਮੈਂ ਬਚ ਗਈ ਆ ਮੇਰਾ ਪਰਿਵਾਰ ਬਚ ਗਿਆ ਬਸ ਆਵੇਂ ਉਹ ਲੋਕਾਂ ਦਾ ਵੀ ਬਹੁਤ ਚੱਕੀਏ ਕਿਉਂਕਿ ਯਿਸੂ ਮਸੀਹ ਨੇ ਸਾਰੇ ਜਗਤ ਦਾ ਕੀ ਚੱਕਿਆ ਬਹੁਤ ਚੱਕਿਆ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਵੀ ਜਿਹੜੇ ਲੋਕ ਦੁੱਖ ਦਰਦ ਦੇ ਵਿੱਚ ਮੁਸ਼ਕਲਾਂ 'ਚ ਫਸੇ ਹੋਏ ਬਿਮਾਰੀਆਂ 'ਚ ਫਸੇ ਹੋਏ ਆ ਨਸ਼ਿਆਂ 'ਚ ਫਸੇ ਜਿਨਾਹਕਾਰੀਆਂ 'ਚ ਫਸੇ ਹੋਏ ਅਸੀਂ ਵੀ ਜਾ ਕੇ ਉਹਨਾਂ ਦੇ ਕੋਲ ਜਾ ਕੇ ਪਰਮੇਸ਼ਰ ਦਾ ਸੁਸਮਾਚਾਰ ਸੁਣਾਈਏ ਬਹੁਤ ਚੱਕੀਏ ਲੋਕਾਂ ਦਾ ਤੇ ਤੁਹਾਡੇ ਵਚਨ ਦੱਸਣ ਉਹਨਾਂ ਦਾ ਛੁਟਕਾਰਾ ਹੋ ਜਾਵੇ ਉਹਨਾਂ ਨੂੰ ਆਸ਼ੀਸ਼ ਮਿਲ ਜਾਵੇ ਹਾਂਜੀ ਜੇ ਇਹ ਇਸਤਰੀਆਂ ਜੇ ਇਹ ਇਸਤਰੀਆਂ ਪ੍ਰਭੂ ਵਚਨ ਦੀ ਗਵਾਹੀ ਗੱਪਾਂ ਮਾਰਨ ਵਾਲੀ ਗਤੀ ਨਾਲ ਦਿੰਦੀਆਂ ਹਾਂ ਤਾਂ ਅੱਜ ਤੱਕ ਦੁਨੀਆ ਦੇ ਬਹੁਤ ਹਿੱਸਿਆਂ ਵਿੱਚ ਪ੍ਰਭੂ ਵਚਨ ਦਾ ਪ੍ਰਚਾਰ ਹੋ ਗਿਆ ਹੁੰਦਾ ਜਿੱਦਾਂ ਗੱਪਾਂ ਮਾਰਦੀਆਂ ਚੁਗਲੀ ਨਿੰਦਿਆ ਕਰਦੀਆਂ ਨਾ ਔਰਤਾਂ ਜੇ ਕਹਿੰਦਾ ਤੂੰ ਇਹੋ ਮਤਲਬ ਕਿ ਇਦਾਂ ਪ੍ਰਚਾਰ ਕਰਨ ਪਰਮੇਸ਼ਰ ਦਾ ਤਾਂ ਅੱਜ ਤੱਕ ਪੂਰੀ ਦੁਨੀਆ ਦੇ ਵਿੱਚ ਪਰਮੇਸ਼ਰ ਦਾ ਪ੍ਰਚਾਰ ਫੈਲ ਗਿਆ ਹੁੰਦਾ ਚੁਗਲੀ ਨਿੰਦਿਆ ਕਰ ਕਰਕੇ ਆਪਾਂ ਫੈਲਾ ਦਿੰਦੇ ਹਾਂ ਹਰ ਤਰ੍ਹਾਂ ਦੇ ਪਾਪ ਨੂੰ ਤੇ ਜਦੋਂ ਪਰਮੇਸ਼ਰ ਦੀ ਵਾਰੀ ਆਉਂਦੀ ਆ ਉਦੋਂ ਜੀਵ ਜਿਹੜੀ ਸਾਡੀ ਕੀ ਹੈ ਬੰਦ ਹੋ ਜਾਂਦੀ ਸਾਡਾ ਮੂੰਹ ਬੰਦ ਹੋ ਜਾਂਦਾ ਪੜ੍ਹੀਏ ਨੀ ਦੁਆਰਾ ਭੈਣ ਜੀ ਜੇ ਇਹ ਇਸਤਰੀਆਂ ਪ੍ਰਭੂ ਵਚਨ ਦੀ ਗਵਾਹੀ ਦੇਣ ਪਰਮੇਸ਼ਰ ਦੀ ਮਹਿਮਾ ਕਰਨ ਮੇਰੇ ਵੀ ਮੇਰੇ ਪਰਮੇਸ਼ਰ ਨੇ ਕੀ ਕੀਤਾ ਮੇਰੇ ਪਰਿਵਾਰ ਵੀ ਪ੍ਰਭੂ ਨੇ ਕੀ ਕੀਤਾ ਤੇ ਜ਼ਰੂਰ ਆ ਕਿ ਤੁਹਾਡੀ ਗਵਾਹੀ ਤੋਂ ਲੋਕ ਕੀ ਆ ਕਾਇਲ ਹੋਣਗੇ ਤੇ ਤੁਹਾਡੇ ਨਾਲ ਪਰਮੇਸ਼ਰ ਦੇ ਘਰ ਦੇ ਵਿੱਚ ਆਉਣਗੇ ਫਿਰ ਤੁਸੀਂ ਜਿੱਦਾਂ ਹੁਣ ਇੰਨੇ ਲੰਬੇ ਸਮੇਂ ਤੋਂ ਇਕੱਲੇ ਇਕੱਲੇ ਆਉਂਦੇ ਪਏ ਕਦੀ ਨਹੀਂ ਸੋਚਿਆ ਮੇਰੇ ਨਾਲ ਲੋਕ ਆਉਣਗੇ ਫਿਰ ਤੁਹਾਡੇ ਨਾਲ ਲੋਕ ਆਉਣਗੇ ਫਿਰ ਤੁਸੀਂ ਇਕੱਲੇ ਇਕੱਲੇ ਪਰਿਵਾਰ ਵੀ ਆਉਣਗੇ ਤੁਹਾਡੇ ਨਾਲ ਰੂਹਾਂ ਆਉਣਗੀਆਂ ਜਿਹੜੇ ਲੋਕ ਪਾਪ ਚ ਗ੍ਰਸਤੇ ਆ ਉਹ ਤੁਹਾਡੀ ਗਵਾਹੀ ਸੁਣ ਕੇ ਪਰਮੇਸ਼ਰ ਦਾ ਵਚਨ ਸੁਣ ਕੇ ਪ੍ਰਭੂ ਦੇ ਘਰ ਆਉਣ ਲਈ ਤਿਆਰ ਹੋ ਜਾਣਗੇ ਭੈਣ ਜੀ ਸਾਨੂੰ ਵੀ ਉੱਥੇ ਲੈ ਕੇ ਚੱਲੋ ਜਿੱਥੇ ਇੰਨੀਆਂ ਅੱਛੀਆਂ ਗੱਲਾਂ ਮਿਲਦੀਆਂ ਜਿੱਥੇ ਤੁਹਾਡੀ ਚੰਗਿਆਈ ਹੋ ਗਈ ਆ ਜਿੱਥੇ ਰੱਬ ਨੇ ਤੁਹਾਨੂੰ ਬਰਕਤ ਦਿੱਤੀ ਆ ਇੰਨੇ ਲੰਬੇ ਸਮੇਂ ਤੋਂ ਤੁਸੀਂ ਬਿਮਾਰ ਸੀ ਹੁਣ ਤੁਸੀਂ ਚੰਗੇ ਹੋ ਗਏ ਆ ਤੇ ਸਾਨੂੰ ਵੀ ਉਹ ਜਗ੍ਹਾ ਤੇ ਲੈ ਕੇ ਚੱਲੋ ਸਿਰਫ ਤੁਸੀਂ
परमेश्वर ने अपने आप उन्होंने हिरदिया कायल कर देना। वो अपने आप कह गए फिर भैन जी सानू भी लेकर चलो, तानू कह की जरूरत नहीं भैन जी मेरे नाल चलो, भाई जी मेरे नाल चलो। वो अपने आप ताडे इन्ने अच्छे शब्द बोले हुए जो उन्होंने अंदर उग जाएंगे तो वह अपने आप लोग ताडे नाल तैयार हो जाएंगे। कितना लंबा समा हो गया कदी किसी ने सोचा है कि मैं जाके मतलब लोगों दसा वो लोग मेरे नाल आन, मैं भी कह आ गए इतने ना फलानी भैन मेरे, अज मैं इन रूह लैके आई हाँ, अज मैं इन रूह लैके आया। बस आप ही हर संडे आ जाते हैं, आपे ही वचन सुनते आपे ही चले जाते हैं। वचन से मनना सुनना जो भी करना वो ताकि अपनी इच्छा चलना के नहीं, बस सुनते कर सुन लिया गेट तो बहर निकले आमीन। कोई बोझ नहीं रूह का, कोई दर्द नहीं किसी ने, कोई आंसू नहीं किसी ने। विचार करिए अपना मेरे नाल आज क्यों नहीं लोग आते, कि मेरी तस्वीर अच्छी है, कि मेरे बोलने के नाल जड़ी मेरी तस्वीर चंगी नहीं है, कि उन्होंने चंगा नहीं लगता कि भैन चंगी नहीं है, क्योंकि यदि यदि बोलनी चलनी जड़ी अच्छी नहीं है, क्योंकि जवान तो ही सानू बोलिया हुआ जरा आदर मिलता है, तो जवान तो बोले हुए बोले दे गलत जो बोलते चुगली नीतियां करते हैं तो फिर जवान तो जो असं गलत मत शब्द बोलते हैं तो फिर साड़ी इज्जत नहीं होंगी। इज्जत जी साढ़े अच्छे शब्दों को बोलने होंगी है, प्यार ना भरे हुए शब्दों के नाल होंगी है। हाँ जी ਅਸੀਂ ਆਪਣੀ ਖੂਬੀ ਦੀ ਵਰਤੋਂ ਕਿਉਂ ਨਹੀਂ ਕਰ ਰਹੇ ਹਾਂ? ਸਾਡੇ ਕੋਲ ਇੰਨੀ ਅੱਛੀ ਖੂਬੀ ਆ ਕਿ ਅਸੀਂ ਲੋਕਾਂ ਦੇ ਵਿੱਚ ਜਾ ਕੇ ਚੁਗਲੀ ਨੀਤੀਆਂ ਫੈਲਾ ਸਕਦੇ ਹਾਂ, ਤੇ ਇਹ ਖੂਬੀ ਵੀ ਲੈ ਲਓ ਵੀ ਪਰਮੇਸ਼ਰ ਦਾ ਵਚਨ ਜਿਹੜਾ ਫੈਲਾਓ। ਇੱਕ ਤਾਂ ਨਾਮ ਮਿਲੇਗੀ ਔਰਤਾਂ ਨੂੰ ਹਮੇਸ਼ਾ, ਅਸ ਭੈਣ ਨੇ ਔਰਤਾਂ ਦੇ ਖਿਲਾਫ ਲਿਖਿਆ ਕਿ ਭੈਣਾਂ ਦੇ ਵਿੱਚ ਇਹ ਕਮੀਆਂ, ਉਦਾਂ ਤਾਂ ਭੈਣਾਂ ਨੂੰ ਪਰਮੇਸ਼ਰ ਪਿਆਰ ਵੀ ਬਹੁਤ ਕਰਦਾ ਆ, ਕਿਉਂਕਿ ਉਹਨੇ ਕੀ ਕੀਤਾ ਆਪਣੇ ਜੀ ਉੱਠਣ ਦੀ ਖਬਰ ਜਿਹੜੀ ਆ ਮਰੀਮ ਉੱਤੇ ਪ੍ਰਗਟ ਕੀਤੀ, ਤੇ ਅੱਜ ਦੀਆਂ ਮਰੀਮ ਤੁਸੀਂ ਆ ਬੜੋ ਮਰੀਮ ਖੁਸ਼ਖਬਰੀ ਸੁਣਾਓ ਜਾ ਕੇ, ਤੇ ਚੇਲੇ ਵੀ ਹੋਏ ਸੀ, ਚੇਲੇ ਛੁੱਪ ਗਏ ਦੌੜ ਗਏ ਚੇਲੇ ਡਰਦੇ ਮਾਰੇ ਵੀ ਸਾਨੂੰ ਵੀ ਕਿਤੇ ਕਰੂਸ ਤੇ ਨਾ ਚੜਾਉਣ, ਸਾਨੂੰ ਵੀ ਨਾ ਕਿਤੇ ਏਦਾਂ ਹੋ ਜਾਵੇ, ਡਰਦੇ ਮਾਰੇ ਘਰਾਂ ਦੇ ਵਿੱਚ ਹੀ ਵੜ ਗਏ। ਤੁਹਾਡੇ ਨਾਲ ਪਿਆਰ ਵੀ ਪਰਮੇਸ਼ਰ ਕਰਦਾ ਬਹੁਤ, ਜੇ ਪਰਮੇਸ਼ਰ ਚਾਹੁੰਦਾ ਕਿ ਤੁਸੀਂ ਸਿੱਧ ਹੋ ਜਾਓ ਤੇ ਤੁਹਾਨੂੰ ਪਿਆਰ ਵੀ ਪਰਮੇਸ਼ਰ ਕਰਦਾ ਹੈ। ਪਰਮੇਸ਼ਰ ਚਾਹੁੰਦਾ ਕਿ ਮੇਰੀ ਬੇਟੀ ਮੇਰਾ ਕੰਮ ਕਰੇ, ਮੇਰੀ ਸੇਵਾ ਕਰੇ, ਤਾਂ ਪਰਮੇਸ਼ਰ ਨੂੰ ਖੁਸ਼ ਕਰੀਏ ਉਹਦਾ ਕੰਮ ਕਰਕੇ। ਹਾਂਜੀ ਸਾਹਮਣੇ ਇਸਤਰੀ ਵੀ ਕੰਧਣੀ ਸੁਭਾਅ ਦੀ ਹੋਵੇਗੀ। ਇਹੀ ਕਾਰਨ ਹੈ ਕਿ ਜਦ ਪ੍ਰਭੂ ਨੇ ਉਸ ਕੋਲੋਂ ਪੀਣ ਲਈ ਪਾਣੀ ਮੰਗਿਆ, ਸਾਹਮਣੇ ਔਰਤ ਵੀ ਇੱਦਾਂ ਦੀ ਹੀ ਹੋਣੀ ਆ, ਜਦੋਂ ਪਾਣੀ ਮੰਗਿਆ ਪੀਣ ਲਈ ਤਾਂ ਪਾਣੀ ਦੇਣ ਦੀ ਥਾਂ ਗੱਲਾਂ ਕਰਨ ਪੈ ਗਈ, ਪਾਣੀ ਦੇਣ ਦੀ ਥਾਂ ਗੱਲਾਂ ਕਰਨ। ਇਹ ਔਰਤ ਦੇ ਅੰਦਰ ਖੂਬੀ ਆ, ਉਹ ਕਦੀ ਚੁੱਪ ਨਹੀਂ ਰਹਿ ਸਕਦੀ, ਪਰ ਬਾਈਬਲ ਦੱਸਦੀ ਅਗਰ ਦੁਸ਼ਟ ਵੀ ਚੁੱਪ ਕਰਕੇ ਬੈਠੇ ਤੇ ਧਰਮੀ ਲੱਗਦਾ ਹੈ। ਜੇ ਥੋੜੇ ਸਮੇਂ ਲਈ ਉਹ ਧਰਮੀ ਲੱਗ ਸਕਦਾ ਆ ਤੇ ਤੁਸੀਂ ਚੁੱਪ ਕਰਕੇ ਜਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਚੁੱਪ ਕਰਕੇ ਜ਼ਿੰਦਗੀ ਆਪਣੀ ਕੱਟੋਗੇ ਤਾਂ ਕੀ ਤੁਸੀਂ ਸਦਾ ਲਈ ਧਰਮੀ ਨਹੀਂ ਬਣ ਸਕਦੇ? ਸਦਾ ਲਈ ਧਰਮੀ ਨਹੀਂ ਬਣ ਸਕਦੇ ਤੇ ਥੋੜੇ ਸਮੇਂ ਲਈ ਜਦ ਤੱਕ ਇੱਥੇ ਬੈਠੇ ਚੁੱਪ ਆ, ਫਲਾਨੀ ਭੈਣ ਬਹੁਤ ਚੰਗੀ ਹੈ, ਫਲਾਨਾ ਭਾਈ ਬਹੁਤ ਚੰਗਾ, ਇਹ ਤਾਂ ਬਹੁਤ ਘੱਟ ਬੋਲਦਾ, ਇਹ ਤਾਂ ਬਹੁਤ ਘੱਟ ਬੋਲਦੀ, ਬਹੁਤ ਚੰਗੀ, ਇਹ ਤਾਂ ਬਾਹਰ ਜਾ ਕੇ ਪਤਾ ਲੱਗਦਾ। ਫਿਰ ਧਰਮੀ ਬਣੀ ਹੈ, ਪਰਮੇਸ਼ਰ ਤੁਹਾਨੂੰ ਪਿਆਰ ਕਰਦਾ, ਪਰਮੇਸ਼ਰ ਚਾਹੁੰਦਾ ਮੇਰਾ ਕੰਮ ਕਰੇ। ਹਾਂਜੀ ਬਹੁਤੇ ਮਰਦਾਂ ਉਹਨੇ ਅਸਲੀ ਭਰਵਾਇਆ ਉੱਤੇ ਜਿਹੜੇ ਉਹਨੇ ਬੰਦਿਆਂ ਨੂੰ ਮਤਲਬ ਆਪਣੀ ਜ਼ਿੰਦਗੀ 'ਚ ਚੁੜਿਆ ਲਿਖਿਆ ਉਹਨੇ ਗੱਲਾਂ ਦੇ ਨਾਲ ਹੀ ਭਰਵਾਇਆ ਹੋਊਗਾ। ਬਾਈਬਲ ਵਿੱਚ ਤੁਹਾਨੂੰ ਹੁਣੇ ਪਾਸਟਰ ਜੀ ਨੇ ਵੀ ਦੱਸਿਆ ਵੀ ਜਿੱਥੇ ਜ਼ਿਆਦਾ ਗੱਲਾਂ ਉੱਥੇ ਪਾਪ ਦੀ ਕੋਈ ਘਾਟ ਨਹੀਂ ਆ, ਜਿੱਥੇ ਚੁੱਪ ਉੱਥੇ ਸੁੱਖ, ਜਿੱਥੇ ਚੁੱਪ ਉੱਥੇ ਅਗਰ ਪਰਿਵਾਰਾਂ ਵਿੱਚ ਵੀ ਚੁੱਪ ਰਹੂਗੀਆਂ ਤੇ ਪਰਿਵਾਰ 'ਚ ਕੀ ਆਊਗਾ? ਸੁੱਖ ਸ਼ਾਂਤੀ ਆਊਗੀ। ਜੇ ਪਰਿਵਾਰਾਂ ਵਿੱਚ ਵੀ ਜਦੋਂ ਹੁਣ ਘਰ ਵਾਲੇ ਨੇ ਇੱਕ ਗੱਲ ਕਹੀ ਆਪਾਂ ਸੋ ਸੁਣਾਤੀ ਅੱਗੇ ਤੇ ਸ਼ਾਂਤੀ ਆਊ,
ਤੇ ਜੇ ਚੁੱਪ ਰਵਾਂਗੇ ਫਿਰ ਫਿਰ ਤੁਸੀਂ ਆਪ ਹੀ ਜਾਣਦੇ ਹੋ ਕਿ ਸਾਡੀ ਚੁੱਪ ਦੇ ਵਿੱਚ ਬਹੁਤ ਸੁੱਖ ਹੈ। ਇਸ ਕਰਕੇ ਆਪਣੇ ਪਰਿਵਾਰਾਂ ਨੂੰ ਵੀ ਚਲਾਉਣਾ ਤੇ ਇਸ ਜਵਾਨ ਦੇ ਇਸ ਜਵਾਨ ਦੇ ਵਸੀਲੇ ਅਸੀਂ ਚਲਾ ਸਕਦੇ ਹਾਂ। ਜੇ ਚੁੱਪ ਰੱਖਾਂਗੇ ਤੇ ਸ਼ਾਂਤੀ ਆ, ਜੇ ਨਹੀਂ ਚੁੱਪ ਰੱਖਾਂਗੇ ਤਾਂ ਫਿਰ ਸ਼ਾਂਤੀ ਪਾਉਂਗੇ। ਫਿਰ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਸਾਨੂੰ ਕੀ ਕਰਦੇ ਦੇਖਦੇ ਆ, ਉਹ ਕਹਿੰਦੇ ਆ ਕਿ ਉਹਦਾ ਭੈਣ ਬਹੁਤ ਪ੍ਰਾਰਥਨਾ ਕਰਦੀ, ਉਹਦਾ ਵਚਨ ਪੜ੍ਹਦੀ ਆ, ਹੈ ਨਾ, ਅਤੇ ਪਰਿਵਾਰ 'ਚ ਹਮੇਸ਼ਾ ਲੜਾਈ ਝਗੜਾ ਹੁੰਦਾ ਰਹਿੰਦਾ। ਮੀਆਂ ਬੀਬੀ ਦੀ ਬਣਦੀ ਨਹੀਂ, ਨੋਹ ਸੱਸ ਦੀ ਬਣਦੀ ਨਹੀਂ, ਬੱਚਿਆਂ ਦੀ ਆਪਸ ਵਿੱਚ ਮਾਂ ਬਾਪ ਦੀ ਬਣਦੀ ਨਹੀਂ। ਫਿਰ ਇੱਦਾਂ ਦੇ ਲੋਕ ਸਵਾਲ ਤੁਹਾਡੇ 'ਤੇ ਉਠਾਉਣਗੇ। ਤਾਂ ਬਾਈਬਲ ਵਿੱਚ ਲਿਖਿਆ ਹੋਇਆ ਕਿ ਤੁਸੀਂ ਇੱਕ ਨਮੂਨਾ ਬਣਨਾ ਹੈ, ਤੇ ਅਸੀਂ ਇੱਕ ਨਮੂਨਾ ਬਣਨਾ। ਜਦੋਂ ਚੁੱਪ ਕੀ ਕਰਕੇ ਚੁੱਪ ਆਪਣੀ ਜ਼ੁਬਾਨ ਨੂੰ ਚੁੱਪ ਰੱਖਾਂਗੇ ਤਾਂ ਫਿਰ ਇਹ ਲੋਕਾਂ ਲਈ ਇੱਕ ਅੱਛਾ ਨਮੂਨਾ ਬਣਾਂਗੇ। ਜਦੋਂ ਕੋਈ ਹੋਰ ਗੱਲ ਨਹੀਂ ਸਾਡੇ ਮੂੰਹ 'ਚੋਂ ਨਿਕਲੂਗੀ, ਜਿੱਦਾਂ ਹੁਣ ਲੜਾਈ ਝਗੜਾ ਹੋ ਜਾਵੇ, ਲੜਾਈ ਝਗੜਾ ਹੋ ਜਾਵੇ ਤਾਂ ਭੈਣਾਂ ਅੱਗੇ ਹੋ ਜਾਂਦੀਆਂ, ਹੁੰਦੀਆਂ ਕਿ ਨਹੀਂ ਹੁੰਦੀਆਂ, ਭੈਣਾਂ ਅੱਗੇ ਹੁੰਦੀਆਂ ਆ ਵੀ ਤੁਸੀਂ ਪਿੱਛੇ ਹੋਵੋ। ਆਪਣੇ ਬੱਚਿਆਂ ਨੂੰ ਵੀ ਕਹਿਣਗੇ, ਆਪਣੇ ਬੰਦੇ ਨੂੰ ਵੀ, ਮੈਂ ਦੇਖ ਲੈਂਦੀ ਕਿ ਇਹ ਕੀ ਹੁਣ ਕਰਦਾ, ਮੈਂ ਦੇਖ ਲੈਂਦੀ ਇਹ ਕੀ ਕਰਦੀ। ਕੀ ਪਰਮੇਸ਼ਰ ਸਾਨੂੰ ਇਹ ਸਿਖਾਉਂਦਾ? ਮੈਂ ਹੁਣ ਦੇਖ ਲੈਂਦੀ, ਕੋਈ ਗੱਲ ਨਹੀਂ, ਬਥੇਰਾ ਚੁੱਪ ਰਹਿ ਰਹਿ ਕੇ ਵੀ ਦੇਖ ਲਿਆ, ਹੁਣ ਮੈਂ ਆਹ ਪਈ ਬਾਈਬਲ ਤਾਂ ਹੁਣ ਮੈਂ ਥੋੜ੍ਹਾ ਜਿਹਾ ਸੈੱਟ ਕਰਕੇ ਨਾ ਬਾਈਬਲ ਬਾਅਦ 'ਚ ਚੱਕੂ। ਇਹ ਬਹੁਤ ਸਾਰੇ ਲੋਕਾਂ ਦੀ ਏਦਾਂ ਦੀ ਤਸਵੀਰ ਹੈਗੀ ਆ, ਇਹ ਕਿਦੋਂ ਬਦਲੂਗੀ? ਇਹ ਤਸਵੀਰ ਕਿਦੋਂ ਤੁਹਾਡੀ ਜਿਹੜੀ ਅੱਛਾਈ ਦੇ ਵਿੱਚ ਬਦਲ ਜਾਊਗੀ? ਜਦੋਂ ਅਸੀਂ ਇਸ ਜੀਵ ਨੂੰ ਕੰਟਰੋਲ 'ਚ ਕਰ ਲਵਾਂਗੇ ਉਦੋਂ ਸਾਡੀ ਤਸਵੀਰ ਅੱਛੀ ਹੋਊਗੀ। ਫਿਰ ਸਾਨੂੰ ਲੋਕ ਕਹਿਣਗੇ ਮੇਰੇ ਇਹ ਧਰਮੀ ਭੈਣ ਆ, ਇਹ ਧਰਮੀ ਭਾਈ ਆ, ਜਿਹਨੇ ਕਦੀ ਅੱਜ ਤੱਕ ਕਦੀ ਲੜਾਈ ਝਗੜਾ ਨਹੀਂ ਕੀਤਾ, ਜਿਹਨੇ ਅੱਜ ਤੱਕ ਕਦੀ ਚੁਗਲੀ ਵਿਦਿਆ ਨਹੀਂ ਕੀਤੀ, ਹਮੇਸ਼ਾ ਪਰਿਵਾਰਾਂ ਨੂੰ ਜੋੜਿਆ। ਹਾਂਜੀ, ਆਪਣੇ ਅੰਦਰ ਉਹਦੇ ਆਪਣੇ ਅੰਦਰ ਕੁਝ ਬਦਲਾਅ ਆਇਆ, ਕੁਝ ਬਦਲਾਅ ਆਇਆ ਪਰਮੇਸ਼ਰ ਨਾਲ ਗੱਲਾਂ ਕਰਕੇ, ਉਹਦੇ ਅੰਦਰ ਆਪਣੇ ਅੰਦਰ ਬਦਲਾਅ ਆਇਆ ਤਾਂ ਉਹ ਦੌੜ ਕੇ। ਜਦੋਂ ਅਸੀਂ ਪਰਮੇਸ਼ਰ ਦੀਆਂ ਗੱਲਾਂ ਸੁਣਦੇ ਹਾਂ ਤੇ ਸਾਡੇ ਅੰਦਰ ਬਦਲਾਅ ਆਉਣਾ ਬਹੁਤ ਜ਼ਰੂਰੀ ਆ। ਜਿੱਦਾਂ ਇਸ ਸਾਹਮਣੇ ਔਰਤ ਨੇ ਯਿਸੂ ਮਸੀਹ ਨਾਲ ਗੱਲਾਂ ਕੀਤੀਆਂ ਤੇ ਇਹਦੇ ਅੰਦਰ ਕੀ ਆਇਆ? ਬਦਲਾਅ ਆਇਆ। ਜਦੋਂ ਇਹਦੇ ਅੰਦਰ ਬਦਲਾਅ ਆਇਆ ਤੇ ਦੌੜੀ ਜਾ ਕੇ ਦੱਸਣ ਲੱਗੀ ਲੋਕਾਂ ਨੂੰ ਕਿ ਯਿਸੂ ਮਸੀਹ ਪਰਮੇਸ਼ਰ ਆ, ਮੈਂ ਉਹਨੂੰ ਮਿਲ ਕੇ ਆਈ ਹਾਂ, ਜਿਹਨੇ ਸਾਰੀਆਂ ਗੱਲਾਂ ਮੇਰੇ ਨਾਲ ਦੱਸ ਦਿੱਤੀਆਂ। ਹਾਂਜੀ, ਅਤੇ ਬਹੁਤ ਸਾਰੇ ਬੰਦਿਆਂ ਨੂੰ ਆਪਣੇ ਨਾਲ ਯਿਸੂ ਕੋਲ ਲੈ ਆਈ, ਪ੍ਰਭੂ ਦੇ ਕੋਲ ਲੈ ਆਈ। ਅੱਜ ਤੁਸੀਂ ਕਿਦੋਂ ਲਿਆ ਸਕਦੇ ਹੋ? ਤੁਸੀਂ ਕਿਦੋਂ ਲਿਆਓਗੇ? ਇੰਨਾ ਸਮਾਂ ਹੋ ਗਿਆ ਪ੍ਰਚਾਰ ਸੁਣਦਿਆਂ ਨੂੰ, ਕਿਸੇ ਨੂੰ 10 ਸਾਲ ਹੋ ਗਏ, ਕਿਸੇ ਨੂੰ 15 ਸਾਲ ਹੋ ਗਏ ਆ, ਕਿਸੇ ਨੂੰ 20 ਸਾਲ ਹੋ ਗਏ ਆ, ਕਿਸੇ ਨੂੰ ਸਾਲ ਹੋ ਗਿਆ, ਹੈ ਨਾ, ਕਿੰਨੇ ਸਾਲ ਹੋ ਗਏ। ਉਹਨੇ ਤਾਂ ਪਰਮੇਸ਼ਰ ਦਾ ਪਹਿਲੇ ਦਿਨ ਪ੍ਰਭੂ ਦੇ ਕੋਲ ਬੈਠੀ ਗੱਲਾਂ ਕੀਤੀਆਂ ਤੇ ਉਹਦੇ ਅੰਦਰ ਕੀ ਆ ਗਿਆ? ਬਦਲਾਅ ਆ ਗਿਆ ਉਹਦੇ ਅੰਦਰ। ਤਾਂ ਉਹਨੇ ਉੱਧਣ ਹੀ ਚੁੱਪ ਨਹੀਂ ਰਹੀ, ਉੱਧਣ ਹੀ ਉਹਨੇ ਜਾ ਕੇ ਪਰਮੇਸ਼ਰ ਨੂੰ ਜਾ ਕੇ ਵਚਨ ਦੱਸਿਆ। ਉਹਨੇ ਕਿਹਾ ਯਿਸੂ ਮਸੀਹ ਹੀ ਪਰਮੇਸ਼ਰ ਆ, ਮੇਰੇ ਨਾਲ ਚੱਲ ਕੇ ਦੇਖੋ। ਔਰ ਕਿੰਨੇ ਭਾਈਆਂ ਨੂੰ ਉਹਨੇ, ਪਿੰਡ ਦੇ ਲੋਕਾਂ ਨੂੰ ਉਹਨੇ ਬਚਾ ਲਿਆ। ਅੱਜ ਸਾਡੇ ਕੋਲ ਇੱਕ ਰੂਹ ਨਹੀਂ ਬਚਦੀ, ਉਹਨੇ ਇੱਕ ਹੀ ਦਿਨ ਵਿੱਚ ਕਿੰਨੇ ਹੀ ਲੋਕਾਂ ਨੂੰ ਬਚਾ ਲਿਆ। ਤੁਸੀਂ ਵੀ ਆਪਣੇ ਅੰਦਰ ਬਦਲਾਅ ਲੈ ਕੇ ਆਓ ਤਾਂ ਕਿ ਪਰਮੇਸ਼ਰ ਜਿਹੜਾ ਤੁਹਾਡੇ ਅੰਦਰ ਬਦਲਾਅ ਭੇਜੇ ਉਹਦੇ ਵਸੀਲੇ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਜਦੋਂ ਪ੍ਰਚਾਰ ਕਰੋ ਤਾਂ ਤੁਹਾਡਾ ਪ੍ਰਚਾਰ ਉੱਗੇ ਲੋਕਾਂ ਦੇ ਵਿੱਚ, ਤੁਹਾਡੇ ਸ਼ਬਦ ਉੱਗਣ ਜਿਹੜੇ ਪਾਪ ਤੋਂ ਰਾਹਿਤ ਸ਼ਬਦ ਹੈ। ਜਿਹਨੇ ਜਵਾਨਾਂ ਪਾਪ ਨਹੀਂ ਕੀਤਾ ਉਹ ਸ਼ਬਦ ਉੱਗਣਗੇ, ਜਿਹਨੇ ਪਾਪ ਕਰਨਾ ਪੂਰਾ ਦਿਨ ਫਿਰ ਉਹ ਕਵੇ ਕਿ ਮੈਂ ਵਚਨ ਲੈ ਕੇ ਜਾਣਾ, ਉਹ ਵਚਨ ਨਹੀਂ ਉੱਗਣਾ। ਉਹ ਗਵਾਹੀ ਜੇ ਤੁਸੀਂ ਆਪਣੀ ਦਊਂਗੇ ਵੀ ਤਾਂ ਵੀ ਉਹ ਗਵਾਹੀ ਨੇ ਕੰਮ ਨਹੀਂ ਕਰਨਾ। ਇਸ ਲਈ ਆਪਣੀ ਜਵਾਨ ਦੀ ਰਾਖੀ ਕਰਨੀ ਬਹੁਤ ਹੀ ਜ਼ਰੂਰੀ ਆ। ਹਾਂਜੀ, ਉਸ ਸਮਾਜ ਵਿੱਚ ਬਾਹਰ ਕੱਢੀ ਗਈ ਔਰਤ ਦੀ ਗੱਲ ਸੁਣ ਕੇ ਪਿੰਡ ਤੋਂ ਬਾਹਰ ਉਸ ਵਿਅਕਤੀ ਨੂੰ ਦੇਖਣ ਆ ਗਏ, ਪਿੰਡ ਤੋਂ ਬਾਹਰ ਲੋਕ ਦੇਖਣ ਆ ਗਏ। ਨੇਚੇ ਬਹੁਤ ਬੋਲਣਾ ਪਿਆ ਹੋਵੇਗਾ, ਜੇ ਕਿਤੇ ਮਸੀਹ ਆਪਣੇ ਗੱਲਾਂ ਕਰਨ ਦੀ ਅਥਾਹ ਸ਼ਕਤੀ ਨੂੰ ਪਛਾਣ ਲੈਣ ਤਾਂ ਆਪਣੇ ਗੁਆਂਢੀਆਂ ਤੇ ਹੋਰ ਲੋਕਾਂ ਉੱਤੇ
ਕਿੰਨਾ ਪ੍ਰਭਾਵ ਪੈ ਸਕਦਾ ਹੈ। ਜੇ ਕਿਤੇ ਜਨਾਨੀਆਂ ਪਛਾਣ ਲੈਣ ਕਿ ਮੇਰੇ ਅੰਦਰ ਵੀ ਕੋਈ ਖੂਬੀ ਹੈਗੀ ਆ, ਮੈਂ ਰੱਬ ਦਾ ਕੰਮ ਕਰ ਸਕਦੀ, ਤਾਂ ਕਿੰਨਾ ਪ੍ਰਭਾਵ ਤੁਹਾਡੇ ਗਵਾਂਢੀਆਂ ਦੇ ਉੱਤੇ, ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ, ਜਿੱਥੇ ਜਿੱਥੇ ਜਾਓਗੇ ਉੱਥੇ ਉੱਥੇ ਪ੍ਰਭਾਵ ਆਪਣਾ, ਆਪਣੀ ਤਸਵੀਰ, ਆਪਣੀ ਫੋਟੋ ਛੱਡਦੇ ਜਾਓਗੇ ਤੁਸੀਂ, ਤੇ ਪਰਮੇਸ਼ਰ ਤੁਹਾਡੇ ਤੋਂ ਖੁਸ਼ ਹੋਊਗਾ। ਇਸ ਬੇਟੀ ਮੇਰੀ ਨੇ ਮੇਰਾ ਕੰਮ ਕੀਤਾ। ਇਹ ਦੇਖਿਆ ਕਰੋ ਪਰਮੇਸ਼ਰ ਦੀਆਂ ਅੱਖਾਂ ਜਿਹੜੀਆਂ ਸਾਨੂੰ ਕੀ ਆ, ਦੇਖਦੀਆਂ ਆ। ਮੈਂ ਕੀ ਕਰਦੀ ਹਾਂ ਕਿ ਮੈਂ ਚੁਗਲੀ ਨੀਤੀਆਂ ਤੇ ਲੱਗੀ ਪਈ ਹਾਂ ਕਿ ਪ੍ਰਭੂ ਮੈਨੂੰ ਦੇਖਦਾ ਨੀ, ਭੁੱਲ ਜਾਂਦੇ ਉਸ ਵੇਲੇ ਵੀ ਪਰਮੇਸ਼ਰ ਮੈਨੂੰ ਉੱਪਰ ਦੇਖਦਾ ਆ। ਮੈਂ ਤਾਂ ਲੱਗੀ ਹੋਈ ਸਵਾਦ ਲਾ ਲਾ ਕੇ ਚੁਗਲੀ ਨਿੰਦਿਆ ਕਰਾਂ, ਪਰ ਇਹਦਾ ਇੱਕ ਦਿਨ ਮੈਨੂੰ ਲੇਖਾ ਵੀ ਦੇਣਾ ਪੈਣਾ। ਬਾਈਬਲ 'ਚ ਲਿਖਿਆ ਤੁਹਾਡੇ ਸ਼ਬਦਾਂ ਦਾ ਇੱਕ ਦਿਨ ਕੀ ਹੋਊਗਾ, ਲੇਖਾ ਹੋਊਗਾ। ਜੇ ਚੰਗੇ ਸ਼ਬਦ ਬੋਲੇ ਆ ਤਾਂ ਤੁਹਾਡੇ ਲਈ ਚੰਗਾ ਰਿਜ਼ਲਟ ਆਊਗਾ, ਅਗਰ ਮਾੜੇ ਸ਼ਬਦ ਬੋਲੇ ਆ ਤਾਂ ਮਾੜਾ ਰਿਜ਼ਲਟ ਤੁਹਾਡੇ ਲਈ ਆਊਗਾ। ਸਾਡੇ ਸ਼ਬਦਾਂ ਦਾ ਕੀ ਹੋਣਾ, ਇੱਕ ਦਿਨ ਹਿਸਾਬ ਹੋਣਾ, ਨਿਆਂ ਹੋਣਾ ਸਾਡਾ। ਇਸ ਲਈ ਮੈਂ ਇੱਥੇ ਰੋਕਦੀ ਹਾਂ, 2 ਵੱਜ ਗਏ। ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ। ਕੋਸ਼ਿਸ਼ ਕਰਿਆ ਕਰੀਏ ਕਿ ਆਪਣੀ ਜ਼ੁਬਾਨ ਤੋਂ